ਪੰਜਾਬ ਸਰਕਾਰ ਨੇ ਲਗਭਗ ਜਦੋਂ ਦੀ ਸਰਕਾਰ ਬਣੀ ਆ 18,000 ਨਵੀਂ ਭਰਤੀ ਜਿਹੜੀ ਆ ਉਹਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਆ। 18,000 ਨੌਜਵਾਨ ਮੁੰਡੇ ਕੁੜੀਆਂ ਨੇ ਨਵਿਆਂ ਨੇ ਉਹ ਜੁਆਇਨ ਕਰ ਲਿਆ ਔਰ ਅਸੀਂ ਦੋ ਦਿਨ ਪਹਿਲਾਂ ਹੀ 9,000 ਲਗਭਗ 9,000 ਅਧਿਆਪਕਾਂ ਨੂੰ ਜਿਹੜੇ ਕੱਚੇ ਸੀ ਜਿਹੜੇ ਲਗਭਗ 15 ਸਾਲ ਤੋਂ 20 ਸਾਲ ਤੋਂ ਪੰਜਾਬ ਵਿੱਚ ਸੰਘਰਸ਼ ਕਰ ਰਹੇ ਸੀਗੇ ਅਕਾਲੀ ਦਲ ਬੀਜੇਪੀ ਦੀ ਸਰਕਾਰ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਉਹਨਾਂ ਨੇ ਝੂਠੇ ਵਾਅਦੇ ਕੀਤੇ ਲਾਰੇ ਲਾਏ ਉਹਨਾਂ ਨੂੰ ਪਹਿਲਿਆਂ 6 ਮਹੀਨਿਆਂ ਦੇ ਵਿੱਚ 5.5 ਮਹੀਨੇ ਸਮੇਂ ਦੌਰਾਨ ਅਸੀਂ ਉਹਨਾਂ ਨੂੰ ਪੱਕੇ ਕੀਤਾ ਗਾ। ਇਹ ਬਹੁਤ ਵੱਡਾ ਇਤਿਹਾਸਕ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਦੇ ਹੱਕ ਚ ਲਿਆ ਗਾ। ਸੋ ਮੈਂ ਸਮਝਦਾ ਸਰਕਾਰ ਜਿਹੜੀ ਆ ਉਹ ਅੱਛੇ ਤਰੀਕੇ ਨਾਲ ਕੰਮ ਕਰ ਰਹੀ ਹੈ। ਬਿਲਕੁਲ ਜਿਹੜੀ ਸੈਲਰੀ ਜਿਹੜੇ ਪ੍ਰੋਸੈਸ ਡਿਲੇ ਹੋ ਗਿਆ ਸੀ ਸੈਲਰੀ ਨੂੰ ਜਾਰੀ ਕਰਨ ਦੇ ਵਿੱਚ ਮੁਲਾਜ਼ਮਾਂ ਦੀ ਤਨਖਾਹ ਨੂੰ ਜਾਰੀ ਕਰਨ ਦੇ ਵਿੱਚ ਪ੍ਰੋਸੈਸ ਡਿਲੇ ਹੋ ਗਿਆ ਸੀ ਕਿਉਂਕਿ ਜਿਹੜੇ 9,000 ਅਧਿਆਪਕ ਪੱਕੇ ਕੀਤੇ ਨੇਗੇ ਕਿਉਂਕਿ ਜਦੋਂ ਅਸੀਂ ਸੈਲਰੀ ਜਾਰੀ ਕਰਦੇ ਹਾਂ ਵੱਖ ਵੱਖ ਖੱਡਾਂ ਜਾਰੀ ਹੁੰਦੀ ਆ ਔਰ ਇਸੇ ਤਰ੍ਹਾਂ ਜਿਹੜੇ 18,000 ਮੁਲਾਜ਼ਮ ਭਰਤੀ ਕੀਤੇ ਨੇ ਉਹਨਾਂ ਦਾ ਇੱਕ ਪ੍ਰੋਸੈਸ ਸ਼ੁਰੂ ਕਰਨਾ ਸੀ। ਸੋ ਪ੍ਰੋਸੈਸ ਦੀ ਡਿਲੇ ਆ ਕੋਈ ਸਰਕਾਰ ਦੇ ਕਿਸੇ ਹੋਰ ਕਾਰਨ ਕਰਕੇ ਕੋਈ ਡਿਲੇ ਨਹੀਂ ਹੈਗੀ। ਅੱਜ ਸਾਰੇ ਮੁਲਾਜ਼ਮਾਂ ਦੀ ਤਨਖਾਹ ਜਿਹੜੀ ਆ ਉਹਨਾਂ ਦੇ ਖਾਤਿਆਂ ਵਿੱਚ ਪੈ ਚੁੱਕੀ ਹੈਗੀ ਔਰ ਮੈਨੂੰ ਇਹ ਵੀ ਦੱਸਦੇ ਖੁਸ਼ੀ ਹੋ ਰਹੀ ਆ ਕਿ ਪੰਜਾਬ ਸਰਕਾਰ ਨੇ ਇਹਨਾਂ 5.5 ਮਹੀਨੇ ਛੋਟੇ ਜਿਹੇ ਕਾਰਜਕਾਲ ਦੇ ਦੌਰਾਨ 2,000 ਕਰੋੜ ਰੁਪਇਆ ਕੰਸੋਲੀਡੇਟਿੰਗ ਸਿੰਕਿੰਗ ਫੰਡ ਦੇ ਵਿੱਚ ਜਮ੍ਹਾਂ ਕਰਾਇਆ ਗਾ। ਇੱਕ ਵੱਡੀ ਪ੍ਰਾਪਤੀ ਆ ਪੰਜਾਬ ਸਰਕਾਰ ਦੀ। ਪੁਰਾਣੀਆਂ ਸਰਕਾਰਾਂ ਨੇ 21 ਸਾਲ ਪਹਿਲਾਂ ਫੰਡ ਸ਼ੁਰੂ ਹੋਇਆ ਸੀਗਾ, ਗਵਰਨਮੈਂਟ ਆਫ ਇੰਡੀਆ ਨੇ ਸ਼ੁਰੂ ਕੀਤਾ ਸੀਗਾ ਔਰ ਪੁਰਾਣੀਆਂ ਸਰਕਾਰਾਂ ਨੇ ਸਿਰਫ 21 ਸਾਲਾਂ 'ਚ 3,000 ਕਰੋੜ ਜਮ੍ਹਾਂ ਕਰਾਇਆ ਸੀਗਾ ਔਰ ਅਸੀਂ 5.5 ਮਹੀਨੇ 'ਚ 2,000 ਕਰੋੜ ਰੁਪਇਆ ਜਮ੍ਹਾਂ ਕਰਾ ਚੁੱਕੇ ਹਾਂ। ਸੋ ਪੰਜਾਬ ਸਰਕਾਰ ਪੰਜਾਬ ਦਾ ਖਜ਼ਾਨਾ ਭਰਨ ਦੇ ਵਿੱਚ ਆਪਦੀਆਂ ਜਿੰਨੀਆਂ ਵੀ ਲਾਇਬਿਲਟੀਜ਼ ਨੇਗੀਆਂ ਜਿੰਨੀਆਂ ਵੀ ਸਾਡੀਆਂ ਜ਼ਿੰਮੇਵਾਰੀਆਂ ਨੇਗੀਆਂ ਉਹ ਲਗਾਤਾਰ ਨਿਭਾ ਰਹੇ ਹਾਂਗੇ। ਖਜ਼ਾਨਾ ਬਿਲਕੁਲ ਮਜ਼ਬੂਤ ਹੋ ਰਿਹਾ। ਪਹਿਲਾ ਸਟੇਟ ਆ ਜਿਹਦੇ ਵਿੱਚ GST ਦੀ ਕਲੈਕਸ਼ਨ ਪੰਜਾਬ ਵਿੱਚ GST ਦੀ ਕਲੈਕਸ਼ਨ ਦਾ ਵਾਅਦਾ ਪਿਛਲੇ 6 ਮਹੀਨਿਆਂ 'ਚ 23%। ਮੈਂ ਸੁਖਬੀਰ ਸਿੰਘ ਬਾਦਲ ਜੀ ਨੂੰ ਪੁੱਛਣਾ ਚਾਹੁੰਦਾ ਗਾ, ਸਮੁੱਚਾ ਪੰਜਾਬ ਜਾਣਦਾ ਗਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਜਦੋਂ ਸਾਡੇ 2 ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ, ਉਸ ਸਮੇਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਸੀ, ਬੀਜੇਪੀ ਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਸੀ ਪੰਜਾਬ ਵਿੱਚ। 2 ਸਾਲ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਚੁੱਪ ਕਿਉਂ ਬੈਠੀ ਰਹੀ? ਕਿਉਂ ਨੀ ਉਹਨਾਂ ਨੇ ਦੋਸ਼ੀਆਂ ਨੂੰ ਫੜਿਆ? ਜੇਕਰ ਉਹ ਖੁਦ ਦੋਸ਼ੀ ਨਹੀਂ ਸੀ ਤਾਂ ਉਹਨਾਂ ਨੇ ਕਿਉਂ ਨੀ ਸਮੇਂ ਸਿਰ ਰਹਿੰਦੇ ਚਲਾਨ ਅਦਾਲਤਾਂ ਵਿੱਚ ਪੇਸ਼ ਕੀਤੇ? ਕਿਉਂ ਨੀ 4 ਸ਼ੀਟਾਂ ਪੇਸ਼ ਕੀਤੀਆਂ? ਇਹ ਤਾਂ ਨਹੀਂ ਕੀਤੀਆਂ। ਮੈਂ ਦੱਸਣਾ ਚਾਹੁੰਦਾ ਕਿ ਦੋਸ਼ੀਆਂ ਨੂੰ ਬਚਾ ਰਹੇ ਸੀ। ਦੋਸ਼ੀਆਂ ਨੂੰ ਕੌਣ ਬਚਾ ਰਿਹਾ ਸੀਗਾ? ਸ਼੍ਰੋਮਣੀ ਅਕਾਲੀ ਦਲ, ਸੁਖਬੀਰ ਸਿੰਘ ਬਾਦਲ ਉਹਨਾਂ ਦੋਸ਼ੀਆਂ ਨੂੰ ਬਚਾ ਰਹੇ ਸੀ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਔਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਸੱਤਾ ਕੈਪਟਨ ਸਾਹਿਬ ਨੂੰ ਸੌਂਪੀ, ਕਾਂਗਰਸ ਪਾਰਟੀ ਨੂੰ ਸੌਂਪੀ। 5 ਸਾਲ ਕਾਂਗਰਸ ਪਾਰਟੀ ਉਹਨਾਂ ਲੋਕਾਂ ਨੂੰ ਬਚਾਉਂਦੀ ਰਹੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਜਿਨ੍ਹਾਂ ਨੇ 2 ਨੌਜਵਾਨਾਂ ਨੂੰ ਸ਼ਹੀਦ ਕੀਤਾ, ਗੋਲੀਆਂ ਮਾਰ ਕੇ ਮਾਰਿਆ। 5 ਸਾਲ ਕਾਂਗਰਸ ਪਾਰਟੀ ਬਚਾਉਂਦੀ ਰਹੀ। ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਸਾਡੀ ਸਰਕਾਰ ਆਈ ਆ, ਠਿੱਕ ਠੋਕ ਕੇ ਕਹਿੰਦੇ ਆ ਬੜੀ ਜਲਦੀ ਚਲਾਨ ਪੇਸ਼ ਹੋਊਗਾ, ਬੜੀ ਜਲਦੀ ਦੋਸ਼ੀਆਂ ਨੂੰ ਸਜਾ ਹੋਊਗੀ।